ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਤੇ ਜੀ। ਆਪਾਂ ਜੀ ਪੰਜਾਬ ਜੀਕੇ ਦਾ ਸਿਲੇਬਸ ਪੜ੍ਹੀ ਜਾਂਦੇ ਸੀਗੇ ਜੀ, ਤੇ ਆਪਾਂ ਜੀ ਜੋ ਪੰਜਾਬ ਦੇ ਵਿੱਚ ਜੀ ਜ਼ਿਲ੍ਹੇ ਨੇ ਉਹਨਾਂ ਬਾਰੇ ਪੜ੍ਹੀ ਜਾਂਦੇ ਸੀਗੇ, ਜਿਨ੍ਹਾਂ ਵਿੱਚ ਕਿ ਮੈਂ ਤੁਹਾਨੂੰ ਜੀ 16 ਜ਼ਿਲ੍ਹੇ ਕਰਵਾ ਚੁੱਕਿਆ ਜੀ। ਲਾਸਟ ਆਪਣੀ ਡਿਵੀਜ਼ਨ ਰਹਿ ਗਈ ਹੈ ਜੀ ਜਲੰਧਰ। ਜੋ ਆਪਣੀ ਡਿਵੀਜ਼ਨ ਜਲੰਧਰ ਹੈ ਜੀ, ਜਲੰਧਰ ਦੇ ਵਿੱਚ ਜੀ 7 ਜ਼ਿਲ੍ਹੇ ਆਉਂਦੇ ਨੇ। ਜਲੰਧਰ ਆਉਂਦਾ ਜੀ, ਹੁਸ਼ਿਆਰਪੁਰ ਹੈ ਜੀ, ਕਪੂਰਥਲਾ, ਪਠਾਨਕੋਟ, ਗੁਰਦਾਸਪੁਰ, ਤਰਨ ਤਾਰਨ ਹੈ ਜੀ, ਇੱਕ ਅੰਮ੍ਰਿਤਸਰ ਹੈਗਾ ਜੀ। ਤਾਂ ਆਪਾਂ ਇਹਨਾਂ ਨੂੰ ਪੜ੍ਹਾਂਗੇ ਜੀ। 7 ਜ਼ਿਲ੍ਹੇ ਹੀ ਹੈਗੇ ਨੇ ਜੋ ਆਪਣੇ ਰਹਿ ਗਏ ਨੇ ਜੀ। ਤਾਂ ਆਪਾਂ ਜੀ ਸਭ ਤੋਂ ਪਹਿਲਾਂ ਜੀ ਉਸ ਜਲੰਧਰ ਹੈ ਜੀ, 17ਵਾਂ ਜ਼ਿਲ੍ਹਾ ਜੀ ਆਪਣਾ, ਇਹਦੇ ਬਾਰੇ ਪੜ੍ਹਦੇ ਜੀ। ਸਭ ਤੋਂ ਪਹਿਲਾਂ ਤੁਸੀਂ ਸਥਾਪਨਾ ਦੇਖਦੇ ਜੀ। ਜੋ ਜਲੰਧਰ ਹੈ ਜੀ, ਤੁਹਾਨੂੰ ਮੈਂ ਦੱਸਿਆ ਸੀਗਾ ਜਦੋਂ ਆਪਾਂ ਪ੍ਰਦੇਸ਼ ਦਾ ਨਿਰਮਾਣ ਨੂੰ ਪੜ੍ਹਿਆ ਸੀਗਾ ਜੀ, ਉਸ ਵੀਡੀਓ ਦੇ ਵਿੱਚ ਹੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਦੋਂ ਜੀ ਪਾਕਿਸਤਾਨ ਤੇ ਭਾਰਤ ਅਲੱਗ ਹੋਏ ਨੇ ਜੀ 1947 ਦੇ ਵਿੱਚ, ਤਾਂ ਜੋ ਉਸ ਟਾਈਮ ਉੱਤੇ ਪੰਜਾਬ ਸੀਗਾ ਜੀ ਉਹਦੇ ਜੀ ਟੋਟਲ 29 ਜ਼ਿਲ੍ਹੇ ਸੀਗੇ। 29 ਜ਼ਿਲ੍ਹਿਆਂ ਦੇ ਵਿੱਚੋਂ ਜੀ 13 ਜ਼ਿਲ੍ਹੇ ਜੋ ਕਿ ਆਪਣੇ ਹਿੱਸੇ ਆਏ ਸੀਗੇ ਜੀ, ਠੀਕ ਹੈ ਜੀ। ਉਹਨਾਂ ਵਿੱਚ ਜੋ ਜ਼ਿਲ੍ਹੇ ਸੀਗੇ ਜੀ 13 ਜ਼ਿਲ੍ਹੇ 1947 ਵਿੱਚ ਜੋ ਆਪਣੇ ਅੰਡਰ ਆਏ ਸੀਗੇ ਜੀ ਆਪਣੇ ਪੰਜਾਬ ਦੇ, ਉਹ ਆਪਣੇ ਕਿਹੜੇ ਸੀਗੇ 13 ਜ਼ਿਲ੍ਹੇ ਜੀ? ਇਹਨਾਂ 'ਚ ਜੀ ਜਲੰਧਰ ਸੀਗਾ ਜੀ, ਇੱਕ ਅੰਮ੍ਰਿਤਸਰ ਸੀਗਾ ਜੀ, ਲੁਧਿਆਣਾ ਸੀਗਾ ਜੀ, ਗੁਰਦਾਸਪੁਰ ਸੀਗਾ ਜੀ, ਫਿਰੋਜ਼ਪੁਰ ਆ ਗਿਆ ਜੀ, ਹੁਸ਼ਿਆਰਪੁਰ ਜੀ। ਇਹ ਤਾਂ ਜੀ ਜੋ 6 ਜ਼ਿਲ੍ਹੇ ਨੇ ਇਹ ਤਾਂ ਆਪਣੇ ਉਦੋਂ ਦੀ ਹੈਗੇ ਨੇ ਪੰਜਾਬ ਦੇ ਅੰਡਰ ਜੀ, ਤੇ ਜੋ ਅੱਜ ਆਪਣੇ ਹਰਿਆਣੇ ਦੇ ਵਿੱਚ ਹੈ ਜੀ ਉਹ ਹੈਗੇ ਨੇ ਜੀ ਕਰਨਾਲ, ਅੰਬਾਲਾ ਹੈ ਜੀ, ਰੋਹਤਕ ਹੈ ਜੀ, ਹਿਸਾਰ ਹੈ ਜੀ, ਇੱਕ ਗੁੜਗਾਉਂ ਸੀਗਾ ਜੀ। ਇਹ ਆਪਣੇ ਹਰਿਆਣੇ ਦੇ ਆ ਗਏ ਜੀ, ਤੇ ਇੱਕ ਸੀਗਾ ਜੀ ਕਾਂਗੜਾ, ਤੇ ਇੱਕ ਸੀਗਾ ਜੀ ਸ਼ਿਮਲਾ। ਇਹ ਤੁਹਾਨੂੰ ਪਤਾ ਜੀ ਹਿਮਾਚਲ ਪ੍ਰਦੇਸ਼ ਦੇ ਵਿੱਚ ਹੈਗਾ ਅੱਜ ਦੇ ਟਾਈਮ ਦੇ ਵਿੱਚ। ਜੋ ਆਪਣਾ ਜੀ ਭਾਰਤ ਪਾਕਿਸਤਾਨ ਨਾਲ ਅਲੱਗ ਹੋਇਆ ਸੀਗਾ ਜੀ, ਤਾਂ ਜਦੋਂ ਆਪਣੇ ਪੰਜਾਬ ਦੀ ਵੰਡ ਹੋਈ ਹੈ ਜੀ, ਤਾਂ ਆਹ 13 ਜ਼ਿਲ੍ਹੇ ਜੀ ਆਪਣੇ ਜੋ ਪੰਜਾਬ ਸੀਗਾ ਜੀ ਪੂਰਬੀ ਪੰਜਾਬ ਉਹਦੇ ਵਿੱਚ ਆਇਆ ਸੀਗਾ ਜੀ, ਤੇ ਜੋ ਜਲੰਧਰ ਸੀਗਾ ਜੀ ਉਹ ਵੀ ਇਸੇ ਵਿੱਚ ਹੀ ਸੀਗਾ ਜੀ। ਤਾਂ ਆਪਾਂ ਕਹਿ ਸਕਦੇ ਹਾਂ ਜੀ ਕਿ 15 ਅਗਸਤ 1947 ਨੂੰ ਜੀ ਸਥਾਪਨਾ ਹੋਈ ਹੈ ਜੀ। ਉਸ ਤੋਂ ਬਾਅਦ ਜੀ 1966 ਦੇ ਵਿੱਚ ਜੀ ਜਦੋਂ ਪੰਜਾਬ ਨਾਲੋਂ ਜੀ ਹਰਿਆਣਾ ਵੱਖ ਹੋਇਆ ਜੀ, ਤਾਂ ਉਸ ਟਾਈਮ ਉੱਤੇ ਕੀ ਹੋਇਆ ਜੀ, ਅੱਧੇ ਜ਼ਿਲ੍ਹੇ ਆਪਣੇ ਜੀ ਹਰਿਆਣੇ ਵਿੱਚ ਚਲੇ ਗਏ ਸੀਗੇ, ਜੋ ਕਿ ਕਰਨਾਲ, ਅੰਬਾਲਾ, ਰੋਹਤਕ, ਹਿਸਾਰ ਤੇ ਗੁੜਗਾਉਂ ਜੀ, ਇਹ ਅੱਜ ਦੇ ਟਾਈਮ ਵਿੱਚ ਹੀ ਹਰਿਆਣਾ ਦੇ ਅੰਡਰ ਆਉਂਦੇ ਨੇ ਜੀ। ਤੇ ਮੈਂ ਕਹਿ ਸਕਦਾ ਜੀ ਆਪਾਂ ਇਹਦੀ ਸਥਾਪਨਾ 1 ਨਵੰਬਰ 1966 ਵੀ ਲਿਖ ਸਕਦੇ ਹਾਂ ਜੀ, ਠੀਕ ਹੈ। ਤਾਂ ਇਹ ਜਲੰਧਰ ਬਾਰੇ ਗੱਲ ਯਾਦ ਰੱਖਣੀ ਜੀ ਤੁਸੀਂ। ਉਸ ਤੋਂ ਬਾਅਦ ਜੇ ਇਹਦੇ ਨਾਮ ਦੀ ਜੇ ਗੱਲ ਕਰਾਂ ਜੀ, ਸਭ ਤੋਂ ਪਹਿਲਾਂ ਤਾਂ ਜੀ ਪੁਰਾਣਾ ਨਾਮ ਦੇਖੇ ਜੀ ਆਪਾਂ, ਇਸ ਨੂੰ ਜੀ ਤ੍ਰਿਗਰਤਾ ਦੇ ਨਾਮ ਨਾਲ ਜਾਣਿਆ ਜਾਂਦਾ ਸੀਗਾ ਜੀ। ਤ੍ਰਿਗਰਤਾ ਨੂੰ ਕਿਉਂ ਕਿਹਾ ਗਿਆ ਜੀ? ਇਹ ਜੀ ਤਿੰਨ ਦਰਿਆਵਾਂ ਦਾ ਪਾਣੀ ਲੱਗਣ ਕਰਕੇ, ਜੋ ਤਿੰਨ ਦਰਿਆ ਨੇ ਜੀ ਸਤਲੁਜ, ਬਿਆਸ ਤੇ ਰਾਵੀ ਦਾ ਜੀ, ਉਹਨਾਂ ਤਿੰਨੇ ਦਰਿਆਵਾਂ ਦਾ ਪਾਣੀ ਇਹਨੂੰ ਲੱਗਦਾ ਜੀ, ਜਲੰਧਰ ਨੂੰ ਕਹਿੰਦੇ। ਤਾਂ ਉਸ ਟਾਈਮ ਉੱਤੇ ਜੀ ਇਹਦਾ ਨਾਮ ਜੀ ਤ੍ਰਿਗਰਤਾ ਰੱਖਿਆ ਗਿਆ ਸੀਗਾ ਜੀ। ਉਸ ਤੋਂ ਬਾਅਦ ਜੀ ਜੋ ਇਹਦਾ ਨਾਮ ਹੈ ਜੀ ਪੁਰਾਣਾ ਨਾਮ, ਇਹਦਾ ਇੱਕ ਵਾਰ ਜੀ ਕਹਿੰਦੇ ਜਲੰਧਰ ਵੀ ਸੀਗਾ ਜੀ, ਜਲੰਧਰ। ਜੋ ਜਲੰਧਰ ਨਾਮ ਸੀਗਾ ਜੀ ਕਹਿੰਦੇ ਇੱਕ ਸੈਤਾਨੀ ਰਾਜਾ ਸੀਗਾ ਜੀ, ਜਲੰਧਰ ਦੇ ਨਾਮ ਤੇ ਸੀ ਜੀ, ਇੱਕ ਸ਼ੈਤਾਨੀ ਰਾਜਾ ਸੀਗਾ ਜੀ ਕਹਿੰਦੇ ਜਲੰਧਰ ਨਾਂ ਦਾ, ਤਾਂ ਉਹਦੇ ਨਾਮ ਉੱਤੇ ਦਾ ਜਲੰਧਰ ਨਾਮ ਹੈਗਾ ਜੀ ਕਹਿੰਦੇ ਰੱਖਿਆ ਹੋਇਆ। ਤੇ ਜੋ ਅੱਜ ਦੇ ਟਾਈਮ ਵਿੱਚ ਜੀ ਆਪਾਂ ਜਲੰਧਰ ਕਹਿੰਦੇ ਹਾਂ ਜੀ,
ਕਈਆਂ ਦਾ ਤਾਂ ਕਹਿਣਾ ਜੀ ਜੋ ਜਲੰਧਰ ਹੈ ਜੀ ਇਹਦੇ ਤੋਂ ਹੀ ਵਿਗੜ ਕੇ ਜਲੰਧਰ ਬਣਿਆ ਜੀ, ਪਰ ਕਈ ਕਹਿੰਦੇ ਨੇ ਜੇ ਜਲੰਧਰ ਬਣਿਆ ਜੀ ਤਾਂ ਇਹਦਾ ਮਤਲਬ ਹੁੰਦਾ ਜੀ ਕਿ ਪਾਣੀ ਦੇ ਹੇਠਾਂ ਵਾਲਾ ਖੇਤਰ ਕਹਿ ਦਿੰਦੇ ਜੀ ਆਪਾਂ। ਤਾਂ ਇਹਦੇ ਬਾਰੇ ਇਹ ਅਲੱਗ ਅਲੱਗ ਗੱਲਾਂ ਹੈਗੀਆਂ ਨੇ ਜੀ। ਪਾਣੀ ਦੇ ਹੇਠਾਂ ਵਾਲਾ ਖੇਤਰ ਕਹਿ ਦਿੰਦੇ ਜੀ ਆਪਾਂ ਜਲੰਧਰ ਨੂੰ, ਕਿਉਂਕਿ ਜੇ ਆਪਾਂ ਜਲ ਆਖੀਏ ਜੀ ਤਾਂ ਜਲ ਆਪਾਂ ਜੀ ਪਾਣੀ ਨੂੰ ਬੋਲਦੇ ਹੈਗੇ ਜੀ, ਤਾਂ ਜਿਹੜੀ ਆਪਣੀ ਮਾਤਰ ਭਾਸ਼ਾ ਹੈਗੀ ਤਾਂ ਉਹਦੇ ਉੱਤੇ ਇਹਦਾ ਨਾਮ ਹੈ। ਇੱਕ ਇਹਦੇ ਬਾਰੇ ਗੱਲ ਹੋ ਰਹੀ, ਕਹਿੰਦੇ ਜੋ ਲਵ ਸੀਗਾ ਜੀ, ਜੋ ਰਮਾਇਣ ਦੇ ਜੀ ਨਾਇਕ ਸੀਗੇ ਸ਼੍ਰੀ ਰਾਮ, ਤਾਂ ਉਹਨਾਂ ਦੇ ਜੀ ਦੋ ਪੁੱਤਰ ਸੀਗੇ ਲਵ ਕੁਸ਼, ਤਾਂ ਇਹ ਜੋ ਏਰੀਆ ਸੀਗਾ ਜਲੰਧਰ ਦਾ ਇਹ ਕਹਿੰਦੇ ਜੀ ਲਵ ਦੀ ਰਾਜਧਾਨੀ ਹੁੰਦਾ ਸੀਗਾ ਜੀ ਉਸ ਟਾਈਮ ਉੱਤੇ। ਲਵ ਦੀ ਰਾਜਧਾਨੀ ਰਿਹਾ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਜੀ ਇੱਕ ਤੁਸੀਂ ਯਾਦ ਰੱਖਣਾ ਜੀ, 1947 ਤੋਂ ਲੈ ਕੇ ਜੀ 1953 ਤੱਕ ਜੀ ਇਹ ਪੰਜਾਬ ਦੀ ਵੀ ਰਾਜਧਾਨੀ ਰਿਹਾ ਜੀ। ਜਦੋਂ ਆਪਣਾ ਜੀ ਪੰਜਾਬ ਅਲੱਗ ਹੋਇਆ ਸੀਗਾ ਜੀ, ਦੋ ਟੋਟੇ ਹੋਏ ਸੀਗੇ ਪੰਜਾਬ ਦੇ ਜੀ, ਤਾਂ ਉਸ ਟਾਈਮ ਉੱਤੇ ਚੰਡੀਗੜ੍ਹ ਬਣਿਆ ਨਹੀਂ ਸੀਗਾ ਜੀ। ਤਾਂ 1947 ਤੋਂ ਜੀ 1953 ਤੱਕ ਜੀ ਪੰਜਾਬ ਦੀ ਰਾਜਧਾਨੀ ਵਜੋਂ ਆਪਾਂ ਜਲੰਧਰ ਨੂੰ ਹੀ ਜਾਣਦੇ ਸੀਗੇ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਇੱਥੋਂ ਦੇ ਵੇਖਣ ਯੋਗ ਥਾਵਾਂ ਕਿਹੜੀਆਂ ਨੇ ਜੀ। ਉਹ ਹੈਗੀਆਂ ਨੇ ਜੀ, ਇਹਦਾ ਤੁਹਾਨੂੰ ਪਤਾ ਜੀ, ਦੇਵੀ ਤਲਾ ਮੰਦਿਰ ਹੈ ਜੀ। ਇੱਕ ਜੀ ਦੇਵੀ ਤਲਾ ਮੰਦਿਰ ਹੈ ਜੀ, ਇੱਕ ਉਰੇ ਜੀ ਛੇਵੀਂ ਪਾਤਸ਼ਾਹੀ ਜੀ ਦਾ ਗੁਰਦੁਆਰਾ ਹੈਗਾ ਜੀ। ਇਸ ਜਗ੍ਹਾ ਤੇ ਜੀ ਛੇਵੇਂ ਗੁਰੂ ਜੀ ਨੇ, ਜੋ ਕਿ ਗੁਰੂ ਹਰਗੋਬਿੰਦ ਸਿੰਘ ਜੀ ਸੀਗੇ ਜੀ, ਮੁਸਲਿਮ ਸੰਤ ਸੇਖ ਦਰਵੇਸ਼ ਨਾਲ ਮੁਲਾਕਾਤ ਕੀਤੀ ਸੀ ਜੀ। ਤਾਂ ਇਹਨਾਂ ਦੀ ਯਾਦ 'ਚ ਜੀ, ਗੁਰੂ ਜੀ ਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਬਣਿਆ ਹੋਇਆ ਜੀ ਜਲੰਧਰ ਦੇ ਵਿਖੇ। ਇੱਥੇ ਜੀ ਦੋ ਮੇਲੇ ਵੀ ਲੱਗਦੇ ਨੇ ਜੀ, ਇੱਕ ਦਾ ਤਾਂ ਨਾਮ ਹੈਗਾ ਜੀ ਆਪਣੇ ਬਾਬਾ ਸੋਢਣ ਮੇਲਾ, ਤੇ ਇੱਕ ਲੱਗਦਾ ਜੀ ਹਰੀ ਬੱਲਵ ਸੰਗੀਤ ਮੇਲਾ। ਤਾਂ ਜਲੰਧਰ ਬਾਰੇ ਇੰਨਾ ਜੀ। ਉਸ ਤੋਂ ਬਾਅਦ ਜੀ ਜੋ ਇਹਦੇ ਵਿੱਚ ਜੀ ਹੋਰ ਵੀ ਤਹਿਸੀਲਾਂ ਨੇ, ਜਿਵੇਂ ਨਕੋਦਰ ਆ ਗਏ, ਤਾਂ ਉਹਦੇ ਵਿੱਚ ਜੀ ਜੋ ਦੇਖਣ ਵਾਲੀਆਂ ਚੀਜ਼ਾਂ ਜੀ ਆਪਾਂ ਉਹਨਾਂ ਨੂੰ ਲਿਖਾਂਗੇ ਜੀ, ਤਾਂ ਤੁਸੀਂ ਇਹਨੂੰ ਲਿਖ ਲਓ ਜੀ ਇੱਕ ਵਾਰੀ ਜੀ। ਇਸ ਤੋਂ ਬਾਅਦ ਜੀ ਜੋ ਜਲੰਧਰ ਦੇ ਵਿੱਚ ਆਪਣੇ ਨਕੋਦਰ ਹੈ ਜੀ, ਨਕੋਦਰ ਵਸਾਇਆ ਸੀਗਾ ਜੀ ਨਕੋਦਰ ਸ਼ਾਹ ਨੇ। ਤੇ ਇੱਥੇ ਜੀ ਜੋ ਵੇਖਣ ਯੋਗ ਜਗ੍ਹਾ ਹੈਗੀ ਜੀ ਇਸ ਜਗ੍ਹਾ ਦੇ ਉੱਤੇ, ਤਾਂ ਉਹ ਹੈਗੀ ਆਪਣੇ ਜੀ ਹਾਜੀ ਜਮਾਲ ਦੀ ਦਰਗਾਹ, ਤੇ ਇੱਕ ਆਪਣੀ ਜੀ ਉਰੇ ਜੋ ਦੇਖਣ ਵਾਲੀ ਚੀਜ਼ ਹੈ ਜੀ ਮੁਹੰਮਦ ਮੋਮਿਨ ਦੀ ਦਰਗਾਹ। ਨਕੋਦਰ ਬਾਰੇ ਇਹ ਗੱਲ ਹੈ ਜੋ ਤੁਸੀਂ ਯਾਦ ਰੱਖਣਾ ਜੀ। ਉਸ ਤੋਂ ਬਾਅਦ ਜੀ ਇੱਥੇ ਜੀ ਇੱਕ ਫਲੋਰ ਹੈ ਜੀ, ਫਲੋਰ ਦੀ ਜੋ ਸਥਾਪਨਾ ਕੀਤੀ ਸੀ ਜੀ ਉਹ ਕੀਤੀ ਸੀਗੀ ਜੀ ਸੰਘਾ ਜੱਟ ਸੀਗਾ ਜੀ,
ਜਿਹਦਾ ਨਾਂ ਕਿ ਫੁੱਲੇ ਸੀਗਾ, ਤਾਂ ਉਹਨਾਂ ਨੇ ਫਿਲੋਰ ਨਾਮ ਆਪਣੇ ਨਾਮ ਤੇ ਰੱਖਿਆ ਹੈਗਾ ਜੀ। ਤੇ ਇੱਥੇ ਜੋ ਜੀ ਦੇਖਣ ਵਾਲੀ ਚੀਜ਼ਾਂ ਜੀ, ਉਹ ਜੀ ਪੁਰਾਤਨ ਸਥਲ ਹੈ ਜੀ ਦੋ, ਜਿਨ੍ਹਾਂ ਦੇ ਨਾਮ ਹੈਗੇ ਜੀ ਥੇ ਘਾਟੀ ਅਤੇ ਕਟਪਾਲੋਂ। ਇਹ ਜਗ੍ਹਾ ਹੈਗੀਆਂ ਨੇ ਇਹਦੇ ਪੁਰਾਤਨ ਸਥਲ ਹੈ ਜੀ, ਜੋ ਬਹੁਤ ਪੁਰਾਣੇ ਹੈ ਜੀ। ਤਾਂ ਇਹ ਹੈਗੇ ਨੇ ਦੋ ਜੀ। ਉਸ ਤੋਂ ਬਾਅਦ ਆਪਣੇ ਇੱਥੇ ਹੈਗਾ ਜੀ ਕਰਤਾਰਪੁਰ ਇੱਕ ਜੀ। ਕਰਤਾਰਪੁਰ ਜੀ ਹਿਸਟਰੀ ਦੇ ਵਿੱਚ ਤੁਹਾਨੂੰ ਪੜ੍ਹਾਇਆ ਸੀਗਾ ਜੀ, ਜੋ ਇਹ ਕਰਤਾਰਪੁਰ ਹੈ ਜੀ, ਜੋ ਜਲੰਧਰ ਦੇ ਵਿਖੇ ਸੀਗਾ ਜੀ, ਇਹਦੀ ਸਥਾਪਨਾ ਕੀਤੀ ਸੀਗੀ ਜੀ ਆਪਣੇ ਪੰਜਵੇਂ ਗੁਰੂ ਜੀ ਗੁਰੂ ਅਰਜਨ ਦੇਵ ਜੀ ਨੇ ਜੀ। ਤੁਰ ਆਪਾਂ ਲਿਖਾਂਗੇ ਜੀ ਇਸ ਦੀ ਸਥਾਪਨਾ ਗੁਰੂ ਅਰਜਨ ਦੇਵ ਜੀ ਨੇ ਕੀਤੀ। ਤੇ ਲਾਸਟ ਹੈ ਜੀ ਜੋ ਉਹ ਰਹਿ ਗਿਆ ਜੀ ਨੂਰ ਮਹਿਲ। ਜੋ ਨੂਰ ਮਹਿਲ ਹੈ ਜੀ, ਇਹ ਜੀ ਜਹਾਂਗੀਰ ਦੀ ਰਾਣੀ ਨੂਰ ਜਹਾਂ ਤੇ ਬਣਾਇਆ, ਜਾਣੀ ਕਿ ਨੂਰ ਜਹਾਂ ਦੇ ਨਾਮ ਉੱਤੇ ਜੀ ਇਹਦਾ ਨਾਮ ਰੱਖਿਆ ਹੋਇਆ ਜੀ, ਜੋ ਜਹਾਂਗੀਰ ਦੀ ਰਾਣੀ ਸੀਗੀ ਜੀ, ਜੋ ਕਿ ਮੁਗਲ ਸਮਰਾਟ ਸੀਗਾ ਜੀ। ਆਪਣੇ ਜਲੰਧਰ ਬਾਰੇ ਇਹੀ ਡਾਟਾ ਜੀ ਜੋ ਤੁਸੀਂ ਯਾਦ ਰੱਖਣਾ ਜੀ, ਕਿ ਜੋ ਨਕੋਦਰ ਹੈ ਜੀ, ਇਹ ਨਕੋਦਰ ਸ਼ਾਹ ਨੇ ਵਸਾਇਆ ਸੀਗਾ ਜੀ। ਹਾਜੀ ਜਮਾਲ ਦੀ ਦਰਗਾਹ ਤੇ ਮੁਹੰਮਦ ਮੋਮਿਨ ਦੀ ਦਰਗਾਹ ਇੱਥੇ ਹੈਗੇ ਜੀ। ਫਲੋਰ ਜੀ, ਜੋ ਫਲੋਰ ਹੈ ਜੀ, ਸੰਘਾ ਜੱਟ ਸੀਗਾ ਇੱਕ ਜੀ ਫੁੱਲ ਨਾਂ ਦਾ, ਤਾਂ ਉਸਨੇ ਜੀ ਇਹਨੂੰ ਸਥਾਪਨਾ ਕੀਤੀ ਸੀਗੀ ਜੀ ਫਲੋਰ ਦੀ, ਤਾਂ ਉਸ ਦੇ ਨਾਮ ਉੱਤੇ ਜੀ ਇਹਦਾ ਨਾਮ ਰੱਖਤਾ। ਪੁਰਾਤਨ ਸਥਲ ਹੈਗੇ ਇੱਥੇ ਜੀ ਥੇ ਘਾਟੀ ਹੈ ਜੀ, ਤੇ ਇੱਕ ਹੋਰ ਹੈਗਾ ਜੀ ਕਟਪਾਲਣ, ਤੇ ਇੱਕ ਜੋ ਕਰਤਾਰਪੁਰ ਹੈ ਜੀ, ਇਹਨੂੰ ਆਪਾਂ ਹਿਸਟਰੀ ਵਿੱਚ ਪੜ੍ਹਿਆ ਹੈਗਾ ਜੀ ਕਿ ਗੁਰੂ ਅਰਜਨ ਦੇਵ ਜੀ ਸੀਗੇ ਜੋ ਆਪਣੇ ਪੰਜਵੇਂ ਗੁਰੂ, ਉਹਨਾਂ ਨੇ ਇਹਦੀ ਸਥਾਪਨਾ ਕੀਤੀ ਸੀਗੀ ਜੀ। ਇੱਕ ਹੋਰ ਨੂਰ ਮਹਿਲ ਹੈ ਜੀ ਜਗ੍ਹਾ, ਜੋ ਕਿ ਜਹਾਂਗੀਰ ਦੀ ਰਾਣੀ ਨੂਰ ਜਹਾਂ ਦੇ ਨਾਮ ਉੱਤੇ ਇਹਦਾ ਨਾਮ ਜੀ ਨੂਰ ਮਹਿਲ ਰੱਖਿਆ ਜਾ ਚੁੱਕਿਆ ਹੈ। ਇਹ ਜਗ੍ਹਾ ਜੋ ਹੈਗੇ ਜੀ, ਇਹ ਜੀ ਜੋ ਆਪਣਾ ਪੁਰਾਤਾਤਵਿਕ ਵਿਭਾਗ ਹੁੰਦਾ ਜੀ ਉਹਦੇ ਅੰਡਰ ਇਹਨੂੰ ਰੱਖਿਆ ਹੋਇਆ ਜੀ, ਯਾਨੀ ਕਿ ਇਸ ਦੀ ਦੇਖ ਰੇਖ ਉਹੀ ਕਰਦਾ ਜੀ। ਤਾਂ ਇਹ ਡਾਟਾ ਜੀ ਜੋ ਤੁਸੀਂ ਯਾਦ ਰੱਖਣਾ ਜੀ। ਇਸ ਤੋਂ ਬਾਅਦ ਆਪਾਂ ਆਪਣਾ ਅਗਲੀ ਜੀ ਜੋ ਡਿਸਟ੍ਰਿਕਟ ਹੈ ਜੀ ਹੁਸ਼ਿਆਰਪੁਰ ਉਹਦੇ ਬਾਰੇ ਪੜ੍ਹਦੇ ਹਾਂ, ਤੁਸੀਂ ਲਿਖ ਲਓ। ਜਲੰਧਰ ਤੋਂ ਬਾਅਦ ਜੋ ਆਪਣੀ 18ਵੀਂ ਡਿਸਟ੍ਰਿਕਟ ਹੈ ਜੀ ਉਹ ਹੈਗੇ ਜੀ ਹੁਸ਼ਿਆਰਪੁਰ। ਹੁਸ਼ਿਆਰਪੁਰ ਦਾ ਵੀ ਤੁਹਾਨੂੰ ਜਦੋਂ ਉੱਥੇ ਆਪਾਂ ਜ਼ਿਲ੍ਹੇ ਲਿਖੇ ਸੀਗੇ ਜੀ, ਜੋ ਆਪਣੇ 1947 ਦੇ ਵਿੱਚ ਅਲੱਗ ਹੋ ਕੇ 13 ਜ਼ਿਲ੍ਹੇ ਜੀ ਆਪਣੇ ਪੰਜਾਬ ਨੂੰ ਮਿਲੇ ਸੀਗੇ, ਤਾਂ ਉਹਦੇ ਵਿੱਚ ਜੀ ਇੱਕ ਜ਼ਿਲ੍ਹਾ ਹੁਸ਼ਿਆਰਪੁਰ ਵੀ ਸੀਗਾ ਜੀ। ਯਾਨੀ ਕਿ ਇਹਦੀ ਜੋ ਸਥਾਪਨਾ ਲਿਖਾਂਗੇ ਜੀ ਆਪਾਂ, ਤਾਂ ਸਥਾਪਨਾ ਇਹਦੀ ਜੀ 15 ਅਗਸਤ 1947 ਲਿਖ ਸਕਦੇ ਜੀ, ਜਾਂ 1 ਨਵੰਬਰ 1966 ਵੀ ਲਿਖ ਸਕਦੇ। ਜੋ ਇਹਦਾ ਨਾਮ ਹੈ ਜੀ ਇਹਦਾ ਨਾਮ ਜੀ, ਦੋ ਕਹਾਣੀਆਂ ਨੇ ਇਹਦੇ ਨਾਮ ਬਾਰੇ ਜੀ। ਇੱਕ ਤਾਂ ਕਹਿੰਦੇ ਜੀ ਕਿ ਇਹਨੂੰ ਜੋ ਵਸਾਇਆ ਸੀਗਾ ਜੀ ਉਹ ਵਸਾਇਆ ਸੀਗਾ ਜੀ ਹੁਸ਼ਿਆਰ ਖਾਨ ਨੇ ਜੀ। ਪਹਿਲੀ ਕਹਾਣੀ ਹੈ ਕਿ ਜੋ ਹੁਸ਼ਿਆਰ ਖਾਨ ਸੀਗਾ ਜੀ ਇਹਨੇ ਨੂੰ ਵਸਾਇਆ ਸੀਗਾ, ਤੇ ਇਸ ਦੇ ਨਾਮ ਉੱਤੇ ਇਹਦਾ ਨਾਮ ਹੁਸ਼ਿਆਰਪੁਰ। ਉਸ ਤੋਂ ਬਾਅਦ ਜੀ ਇੱਕ ਕਹਾਣੀ ਕਹਿੰਦੇ ਜੀ ਕਿ ਇਹਦਾ ਜੀ ਜੋ ਇਹਨੂੰ ਨਿਰਮਾਣ ਕੀਤਾ ਸੀ, ਜੋ ਇਹਨੂੰ ਹੁਸ਼ਿਆਰਪੁਰ ਨੂੰ ਬਣਾਇਆ ਸੀਗਾ ਜੀ, ਉਹ ਬਣਾਇਆ ਸੀਗਾ ਜੀ ਦੀਵਾਨ ਹਰਗੋਬਿੰਦ ਅਤੇ ਰਾਮ ਚੰਦ ਨੇ ਜੀ। ਜਿਹੜੇ ਦੋਵੇਂ ਬੰਦੇ ਸੀ ਜੀ ਮੁਹੰਮਦ ਬਿਨ ਤੁਗਲਕ ਦੇ ਅੰਡਰ ਕੰਮ ਕਰਦੇ ਸੀਗੇ ਜੀ, ਤਾਂ ਕਹਿੰਦੇ ਵੀ ਇਹਨਾਂ ਦੋਵਾਂ ਨੇ ਇਹਦੀ ਸਥਾਪਨਾ ਕੀਤੀ ਸੀਗੀ ਹੁਸ਼ਿਆਰਪੁਰ ਦੀ ਜੀ। ਕੁਝ ਸਟੋਰੀਆਂ ਕਹਿੰਦੇ ਨੇ ਕਿ ਹੁਸ਼ਿਆਰ ਖਾਨ ਨੇ ਵਸਾਇਆ ਸੀਗਾ ਜੀ, ਤਾਂ ਦੋਵੇਂ ਦੇ ਦੋਵਾਂ ਨੇ ਤੁਸੀਂ ਯਾਦ ਰੱਖਣੇ। ਇਹਦੇ ਵਿੱਚ ਇੱਕ ਜੀ ਦਸੂਹਾ ਆਉਂਦਾ ਜੀ, ਜੋ ਕਿ ਪੁਰਾਤਨ ਸਥਲ ਹੈ ਜੀ ਇੱਕ, ਇਹ ਕਹਿੰਦੇ 5000 ਸਾਲ ਪੁਰਾਣਾ
ਆਪਣੀ ਜਗ੍ਹਾ ਹੈਗਾ ਜੀ, ਪਿੰਡ ਹੈਗਾ ਗਾ 5000 ਸਾਲ ਪਹਿਲਾਂ ਦਾ ਜੀ, ਜਿਹਨੂੰ ਕਹੀਏ ਆਪਾਂ ਰਾਜਾ ਵਿਰਾਟ ਦੀ ਨਗਰੀ ਵੀ ਬੋਲਦੇ ਹਾਂ ਜੀ। ਇਸ ਨਾਮ ਨਾਲ ਵੀ ਇਹਨੂੰ ਜਾਣਿਆ ਜਾਂਦਾ ਜੀ ਦਸੂਹਾ ਨੂੰ। ਅਤੇ ਇਹਦੇ ਬਾਰੇ ਗੱਲ ਕਹਿੰਦੇ ਜੀ ਕਿ ਇਹ ਜੀ ਰਾਜਾ ਜੋ ਵਿਰਾਟ ਸੀਗਾ ਜੀ, ਰਾਜਧਾਨੀ ਹੁੰਦਾ ਸੀ ਜੀ ਦਸੂਹਾ ਪਿੰਡ ਜੀ ਉਸ ਟਾਈਮ ਉੱਤੇ। ਅਤੇ ਜੋ ਲਾਸਟ ਗੱਲ ਹੈ, ਜੋ ਰਾਜਾ ਵਿਰਾਟ ਸੀਗਾ ਜੀ, ਇਹਦਾ ਵਰਣਨ ਜੋ ਮਹਾਭਾਰਤ ਹੈਗੇ, ਮਹਾਭਾਰਤ ਦੇ ਵਿੱਚ ਵੀ ਇਹਦਾ ਵਰਣਨ ਹੈਗਾ ਜੀ। ਤਾਂ ਆਪਾਂ ਲਿਖ ਦਾਂਗੇ ਜੀ ਕਿ ਇਸ ਦਾ ਵਰਣਨ ਮਹਾਭਾਰਤ ਵਿੱਚ ਵੀ ਮਿਲਦਾ ਹੈ। ਹੁਸ਼ਿਆਰਪੁਰ ਬਾਰੇ ਇਹ ਗੱਲਾਂ ਨੇ ਜੀ। ਅਤੇ ਜੀ ਇਹਦੇ ਬਾਰੇ ਚਾਰ ਗੱਲਾਂ ਹੋਰ ਨੇ ਟੋਟਲੀ ਜੀ। ਲਿਟਰੇਸੀ ਰੇਟ ਜੀ, ਆਪਾਂ ਉਸ ਤੋਂ ਬਾਅਦ ਹੈ ਜੀ ਲਿਟਰੇਸੀ ਰੇਟ। ਜਦੋਂ ਆਪਾਂ ਸੈਂਸਸ ਪੜ੍ਹੇ ਸੀਗੇ ਜੀ, ਤਾਂ ਉਹਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਜੀ ਕਿ ਜੋ ਹੁਸ਼ਿਆਰਪੁਰ ਹੈ ਜੀ, ਇਹਦੀ ਲਿਟਰੇਸੀ ਰੇਟ ਜੀ ਸਭ ਤੋਂ ਜ਼ਿਆਦਾ ਹੈਗੀ ਜੀ, ਹਾਈਐਸਟ ਲਿਟਰੇਸੀ ਰੇਟ ਹੈ ਹੁਸ਼ਿਆਰਪੁਰ ਦੀ। ਤਾਂ ਲਿਟਰੇਸੀ ਰੇਟ ਦੇ ਵਿੱਚੋਂ ਜੀ ਇਹਦਾ ਫਸਟ ਰੈਂਕ ਹੈ ਜੀ। ਉਸ ਤੋਂ ਬਾਅਦ ਜੀ ਜੇ ਆਵੇ ਜੀ ਕਿ ਮੇਲ ਲਿਟਰੇਸੀ ਰੇਟ ਵਿੱਚੋਂ ਜੀ, ਤਾਂ ਇਹਦੇ ਵਿੱਚੋਂ ਵੀ ਇਹਦਾ ਜੀ ਪਹਿਲਾ ਸਥਾਨ ਹੈ ਜੀ। ਜੇ ਫੀਮੇਲ ਦਾ ਹੁੰਦਾ ਜੀ ਤਾਂ ਇਹਦੇ 'ਚ ਵੀ ਇਹਦਾ ਜੀ ਪਹਿਲਾ ਸਥਾਨ ਹੈ। ਅਤੇ ਇੱਕ ਲਾਸਟ ਜੀ ਸੈਕਸ ਰੇਸ਼ੋ ਵਿੱਚ ਜੀ, ਸੈਕਸ ਰੇਸ਼ੋ ਵਿੱਚ ਵੀ ਇਹਦਾ ਜੀ ਪਹਿਲਾ ਸਥਾਨ ਹੈ ਜੀ। ਇੱਥੇ ਜੀ 961 ਮੁੰਡੇ ਜੀ, 961 ਕੁੜੀਆਂ ਹੈਗੀਆਂ ਨੇ ਜੀ। ਇਹ ਜੀ 1000 ਲੜਕਿਆਂ ਦੇ ਵਿੱਚੋਂ ਜੀ ਕੁੜੀਆਂ ਕੱਢਦੇ ਹੁੰਦੇ ਆ ਵੀ ਕਿੰਨੀਆਂ ਆਉਂਦੀਆਂ ਨੇ ਜੀ। ਤਾਂ 1000 ਲੜਕਿਆਂ ਲਈ ਉਰੇ 961 ਕੁੜੀਆਂ ਦੀ ਗਿਣਤੀ ਹੈਗੀ ਜੀ। ਤਾਂ ਹੁਸ਼ਿਆਰਪੁਰ ਬਾਰੇ ਇਹ ਗੱਲ ਹੈ ਜੀ, ਸਥਾਪਨਾ ਹੋਈ ਸੀਗੀ 15 ਅਗਸਤ 1947 ਨੂੰ ਜੀ। ਜੋ ਨਾਮਕਰਨ ਹੈ ਜੀ ਦੋ ਹੈਗੇ ਨੇ ਜੀ ਇਹਦੇ, ਇੱਕ ਤਾਂ ਹੈਗਾ ਵੀ ਕਹਿੰਦੇ ਹੁਸ਼ਿਆਰ ਖਾਨ ਨੇ ਵਿਸਾ ਸੀਗਾ ਜੀ ਇਸਨੂੰ, ਅਤੇ ਇੱਕ ਕਹਿੰਦੇ ਜੀ ਦੀਵਾਨ ਸੀਗਾ ਜੀ ਹਰਗੋਬਿੰਦ ਅਤੇ ਰਾਮ ਚੰਦ ਜੀ, ਜੋ ਕਿ ਮੁਹੰਮਦ ਬਿਨ ਤੁਗਲਕ ਦੇ ਅੰਡਰ ਕੰਮ ਕਰਦੇ ਸੀਗੇ ਜੀ। ਇਹਨਾਂ ਨੇ ਇਹਨੂੰ ਵਿਸਾਇਆ ਹੈਗਾ ਜੀ। ਇੱਕ ਦਸੂਹਾ ਨਾਂ ਦੀ ਜਗ੍ਹਾ ਜੀ, ਜੋ ਕਿ ਇੱਕ ਪੁਰਾਤਨ ਸਥਲ ਹੈਗਾ ਜੀ, ਅਤੇ ਦਸੂਹਾ ਨੂੰ ਜੀ ਰਾਜਾ ਵਿਰਾਟ ਦੀ ਨਗਰੀ ਕਹਿੰਦੇ ਜੀ। ਅਤੇ ਇੱਥੇ ਜੋ ਹਿੰਦੂ ਲੋਕ ਰਹਿੰਦੇ ਜੀ, ਉਹ ਵੀ ਅੱਜ ਦੇ ਟਾਈਮ ਵਿੱਚ ਇਹਨੂੰ ਵਿਰਾਟ ਦੀ ਨਗਰੀ ਦੇ ਨਾਮ ਨਾਲ ਹੀ ਨਾਮ ਨਾਲ ਹੀ ਇਹਨੂੰ ਸੰਬੋਧਿਤ ਕਰਦੇ ਜੀ। ਰਾਜਾ ਵਿਰਾਟ ਦੀ ਰਾਜਧਾਨੀ ਵੀ ਰਿਹਾ ਹੋਇਆ ਜੀ ਦਸੂਹਾ। ਇਹਦਾ ਵਰਣਨ ਜੀ ਮਹਾਭਾਰਤ ਵਿੱਚ ਵੀ ਮਿਲਦਾ ਜੀ, ਲਿਟਰੇਸੀ ਰੇਟ ਵਿੱਚੋਂ ਸਭ ਤੋਂ ਅੱਗੇ ਜੀ। ਜੇ ਮੇਲ ਦੀ ਲਿਟਰੇਸੀ ਰੇਟ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਸਭ ਤੋਂ ਅੱਗੇ ਜੀ, ਅਤੇ ਫੀਮੇਲ ਦੀ ਲਿਟਰੇਸੀ ਰੇਟ ਵਿੱਚ ਸਭ ਤੋਂ ਅੱਗੇ ਜੀ। ਲਿਟਰੇਸੀ ਰੇਟ ਆਪਣੇ ਜੀ ਸਾਖਰਤਾ ਦਰ ਹੁੰਦੀ ਹੈ, ਅਤੇ ਉਸ ਤੋਂ ਬਾਅਦ ਜੀ ਸੈਕਸ ਰੇਸ਼ੋ ਦੇ ਵਿੱਚੋਂ ਵੀ ਜੀ ਇਹ ਇੱਕ ਨੰਬਰ 'ਤੇ, ਜਾਣੀ ਕਿ ਆਪਾਂ ਲਿੰਗ ਅਨੁਪਾਤ ਆਖੀਏ ਜੀ ਤਾਂ ਉਹਦੇ ਵਿੱਚੋਂ ਵੀ ਇੱਕ ਨੰਬਰ ਦੇ ਉੱਤੇ ਹੈਗਾ ਜੀ। ਤਾਂ ਹੁਸ਼ਿਆਰਪੁਰ ਬਾਰੇ ਇਹ ਗੱਲ ਹੈ ਜੀ, ਤੁਸੀਂ ਇਹਨੂੰ ਲਿਖ ਸਕਦੇ ਜੀ। ਉਸ ਤੋਂ ਬਾਅਦ ਆਪਣਾ ਜੋ ਜ਼ਿਲ੍ਹਾ ਜੀ ਉਹ ਹੈਗਾ ਗੁਰਦਾਸਪੁਰ ਜੀ। ਜੋ ਗੁਰਦਾਸਪੁਰ ਦੀ ਸਥਾਪਨਾ ਜੀ, ਇਹ ਵੀ ਆਪਣੀ 15 ਅਗਸਤ 1947 ਨੂੰ ਹੋਈ ਜੀ। ਜਿਹੜਾ ਕਿ ਆਪਾਂ 1 ਨਵੰਬਰ 1966 ਵੀ ਕਹਿ ਸਕਦੇ ਹਾਂ ਜੀ, ਜੇ ਆਪਾਂ ਆਪਣੇ ਅੱਜ ਦੇ ਪੰਜਾਬ ਦੀ ਗੱਲ ਕਰੀਏ ਤਾਂ। ਜੋ ਗੁਰਦਾਸਪੁਰ ਸੀਗਾ ਜੀ, ਇਸ ਨੂੰ ਕਹਿੰਦੇ ਜੀ ਕਿ ਗੁਰੀਆ ਜੀ ਨੇ ਵਸਾਇਆ ਸੀਗਾ ਜੀ। ਗੁਰੀਆ ਜੀ ਦੇ ਜੋ ਪੂਰਵ ਸੀਗੇ ਜੀ, ਉਹ ਜੀ ਅਯੋਧਿਆ ਤੋਂ ਗੁਰਦਾਸਪੁਰ ਦੇ ਨੇੜੇ ਪਿੰਡ ਹੈਗਾ ਜੀ ਪਨਿਆਰਾ, ਉਸ ਜਗ੍ਹਾ ਦੇ ਉੱਤੇ ਰਹਿਣ ਆਏ ਸੀਗੇ ਜੀ। ਤਾਂ ਪਨਿਆਰੇ ਆ ਕੇ ਵਿਖੇ ਰਹਿਣ ਲੱਗੇ ਸੀ ਜੀ। ਤੇ ਗੁਰੀਆ ਜੀ ਦੇ ਜੋ ਪੋਤਰੇ ਨੇ ਜੀ, ਬਾਬਾ ਦੀਪ ਸਿੰਘ ਜੀ, ਦੀਪ ਚੰਦ ਜੀ, ਤਾਂ ਉਹਨਾਂ ਬਾਰੇ ਗੱਲ ਹੈ ਕਿ ਉਹ ਜੀ ਜੋ ਗੁਰੂ ਗੋਬਿੰਦ ਸਿੰਘ ਜੀ ਸੀਗੇ ਆਪਣੇ 10ਵੇਂ ਗੁਰੂ ਜੀ, ਉਹਨਾਂ ਨੇ ਬਾਬਾ ਦੀਪ ਸਿੰਘ ਨੂੰ ਜੀ, ਬਾਬਾ ਦੀਪ ਚੰਦ ਨੂੰ ਗੰਜ ਬਖਸ਼ ਦੀ ਉਪਾਧੀ ਦਿੱਤੀ ਸੀਗੀ, ਉਹਨੂੰ ਖਜ਼ਾਨੇ ਦਾ ਮਾਲਕ ਬਣਾਇਆ ਸੀਗਾ ਜੀ ਆਪਣੇ। ਤਾਂ ਇਹ ਗੱਲਾਂ ਜੀ ਜੋ ਗੁਰਦਾਸਪੁਰ ਜੀ ਬਾਰੇ ਹੈਗੇ ਨੇ। ਤਾਂ ਇਹਦਾ ਜੀ ਆਪਾਂ ਨੀਂਹ ਆਖੀਏ ਜੀ, ਤਾਂ ਉਹ ਰੱਖੀਏ ਜੀ ਗੁਰੀਆ ਜੀ ਨੇ, ਠੀਕ ਹੈ ਜੀ, ਨੀਂਹ ਗੁਰੀਆ ਜੀ ਨੇ ਰੱਖੀ ਹੈ, ਤੇ ਇਹਨਾਂ ਦੇ ਨਾਮ ਤੇ ਹੀ ਇਹਨਾਂ ਦਾ ਨਾਮ ਜੀ ਗੁਰਦਾਸਪੁਰ ਹੈਗਾ ਜੀ।
उस तो बाद हैगा जी अपनी गुड़िया जी दे पोतरे बाबा दीप चंद। हाँ गुरु गोविंद सिंह जी दे समकाली सी जी। देने गुरु गोविंद सिंह जी ने दीप चंद गंजबख्श कहा जिन्हें कि भाई खजाने का मालिक बोलते हैं। तो इन्हां बारे गल सी कि यह जी इन्हां दे पूर्वज अयोध्या तो पनिहारा विखे आए सी जी। गल तां गुरदासपुर दी जो नीह है जी गुरिया जी ने रखी है गई इन्हां दे नाम तो इन्हां दा नाम है जी गुरदासपुर। इन्हां दे पूर्वज सीगे जी जो अयोध्या तो कहिंदे पनिहार आए सीगे जी इहदे नाल पिंड है जी। तां इन्हां दे जो पोतरे ने जी बाबा दीप चंद जी तां उन्हां नूं जी गुरु गोबिंद सिंह जी ने गंजबख्श कहा सीगा जिहनूं आपां खजाने दा मालक बोलदे ने। तां गुरदासपुर बारे इह गल है जी। उस तों बाद जी इहदे विच इक जी कलानौर दी जगह हैगी जी। जो कलानौर जगह है गई इस जगह उत्ते जी अकबर बादशाह सीगा जी जो उहदी ताजपोशी कीती गई सी कलानौर विखे जी। इस तों बाद जी एक उरे अपने हैगा जी बटाला। जो कि जी राजपूत राय राम दियो ने जो बसाया जी। अपना बटाला सीगा जी इहनूं राजपूत राय राम दियो ने बसाया है जी। इन्हां ने जी एक थां लभी कहिंदे वी मैं इत्थे शहर बनाउणा हैगा जी। तां जो इन्हां ने जी जदों पंडितां नाल गल कीती ते पंडित कहिंदे वी आंदे इह तां जगह अशुभ हैगी है इत्थे तूं ना ही बना। ਤਾਂ ਇਹਨਾਂ ਨੇ ਕੀ ਕੀਤਾ ਜੀ ਉਸ ਜਗ੍ਹਾ ਨੂੰ ਜੀ ਇਸ ਜਗ੍ਹਾ ਨਾਲ ਬਟਾ ਲਿਆ ਤੇ ਇਸ ਜਗ੍ਹਾ ਉੱਤੇ ਜੀ ਸ਼ਹਿਰ ਬਣਾਤਾ। ਤਾਂ ਇਸੇ ਦੇ ਚੱਕਰ 'ਚ ਇਹਦਾ ਨਾਮ ਜੀ ਬਟਾਲਾ ਪਿਆ ਹੈਗਾ ਜੀ। ਠੀਕ ਹੈ ਜੀ। ਤਾਂ ਬਟਾਲੇ ਬਾਰੇ ਇੰਨੀ ਗੱਲ ਹੈ ਜੋ ਤੁਸੀਂ ਯਾਦ ਰੱਖਣੀ। ਇੱਕ ਹੋਰ ਜਗ੍ਹਾ ਹੈਗੀ ਜੀ ਡੇਰਾ ਬਾਬਾ ਨਾਨਕ। ਜੋ ਡੇਰਾ ਬਾਬਾ ਨਾਨਕ ਹੈਗਾ ਜੀ ਇਸ ਨੂੰ ਕਹਿੰਦੇ ਜੀ ਜੋ ਬਾਬਾ ਨਾਨਕ ਜੀ ਦੇ ਅੱਗੇ ਪੀੜ੍ਹੀ ਆਈ ਸੀਗੀ ਜੀ। ਤਾਂ ਉਹਨਾਂ ਨੇ ਜੀ ਇੱਕ ਸ਼ਹਿਰ ਵਸਾਇਆ ਤੇ ਉਹਦਾ ਜੋ ਨਾਮ ਦਿੱਤਾ ਜੀ ਆਪਦੇ ਪੂਰਵਜ ਜੋ ਗੁਰੂ ਨਾਨਕ ਦੇਵ ਜੀ ਸੀਗੇ ਜੀ ਉਹਦੇ ਨਾਮ ਉੱਤੇ ਇਹਦਾ ਨਾਮ ਰੱਖਤਾ ਜੀ ਡੇਰਾ ਬਾਬਾ ਨਾਨਕ। ਤੇ ਇੱਥੇ ਜੀ ਦੋ ਗੁਰਦੁਆਰੇ ਨੇ ਜੀ ਇੱਕ ਦਾ ਤਾਂ ਹੈਗਾ ਜੀ ਗੁਰਦੁਆਰਾ ਚੋਲਾ ਸਾਹਿਬ ਹੈ ਜੀ ਤੇ ਇੱਕ ਦਾ ਨਾਮ ਹੈ ਜੀ ਗੁਰਦੁਆਰਾ ਦਰਬਾਰ ਸਾਹਿਬ।
ਤਾਂ ਇਹ ਡਾਟਾ ਜੀ ਗੁਰਦਾਸਪੁਰ ਬਾਰੇ ਗੁਰਦਾਸਪੁਰ ਦੀ ਜੋ ਸਥਾਪਨਾ ਹੋਈ ਹੈ ਜੀ ਉਹ ਹੋਈ 15 ਅਗਸਤ 1947 ਨੂੰ ਜੀ, ਜਦੋਂ ਕਿ ਆਪਣਾ ਜੀ ਜੋ ਪੰਜਾਬ ਦੇ ਦੋ ਹਿੱਸੇ ਕੀਤੇ ਸੀਗੇ ਤਾਂ ਉਦੋਂ ਹੀ ਇਸਨੂੰ ਜ਼ਿਲ੍ਹਾ ਬਣਾ ਦਿੱਤਾ ਸੀਗਾ ਜੀ। ਇਹਦੀ ਨੀਂਹ ਰੱਖੀ ਜੀ ਆਪਣੇ ਗੁਰੂਆ ਜੀ ਨੇ ਤੇ ਉਹਨਾਂ ਦੇ ਨਾਮ ਤੇ ਇਹਨਾਂ ਦਾ ਜੀ ਨਾਮ ਹੈ ਜੀ ਗੁਰਦਾਸਪੁਰ ਪਿਆ ਹੈਗਾ ਜੀ। ਇਹਨਾਂ ਦੇ ਜੋ ਪੂਰਵ ਸੀਗੇ ਗੁਰੂਆ ਜੀ ਦੇ ਅਯੋਧਿਆ ਤੋਂ ਪਨਿਆਰਾ ਵਿਖੇ ਆਏ ਸੀਗੇ ਜੀ, ਜੋ ਕਿ ਇਹਦੇ ਲਾਗੇ ਪਿੰਡ ਹੈ ਜੀ। ਤੇ ਜੋ ਇਹਨਾਂ ਦੇ ਪੋਤਰੇ ਸੀਗੇ ਬਾਬਾ ਦੀਪ ਚੰਦ ਉਹ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਸੀਗੇ ਤੇ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਜੀ ਉਹਨਾਂ ਨੂੰ ਗੰਜ ਬਖਸ਼ ਕਿਹਾ ਸੀਗਾ ਜੀ, ਜਿਹਨੂੰ ਆਪਾਂ ਖਜ਼ਾਨੇ ਦਾ ਮਾਲਕ ਬੋਲਦੇ ਨੇ। ਇੱਕ ਕਲਾਨੌਰ ਜਗ੍ਹਾ ਹੈਗੀ ਜੀ, ਇਸ ਜਗ੍ਹਾ ਉੱਤੇ ਮੁਗਲ ਦਾ ਜੋ ਬਾਦਸ਼ਾਹ ਹੈਗਾ ਜੀ ਅਕਬਰ ਉਹਦੀ ਤਾਜਪੋਸ਼ੀ ਇੱਥੇ ਹੀ ਹੋਈ ਸੀਗੀ ਜੀ। ਉਹ ਤਾਂ ਇੱਕ ਬਟਾਲਾ ਜੀ ਰਾਜਪੂਤ ਰਾਏ ਰਾਮ ਦਿਓ ਨੇ ਵਸਾਇਆ ਸੀਗਾ ਜੀ। ਤੇ ਜੋ ਡੇਰਾ ਬਾਬਾ ਨਾਨਕ ਹੈ ਜੀ ਇਹਨੂੰ ਜੋ ਆਪਣੇ ਗੁਰੂ ਨਾਨਕ ਦੇਵ ਜੀ ਸੀਗੇ ਜੀ, ਸਿੱਖਾਂ ਦੇ ਪਹਿਲੇ ਗੁਰੂ ਨੇ ਜੀ, ਜੋ ਸਿੱਖ ਧਰਮ ਦੇ ਸੰਸਥਾਪਕ ਨੇ ਜੀ, ਤਾਂ ਉਹਨਾਂ ਦੀ ਅਗਲੀ ਜੋ ਪੀੜ੍ਹੀ ਸੀਗੀ ਜੀ ਉਹਨਾਂ ਨੇ ਇਸ ਜਗ੍ਹਾ ਦਾ ਨਾਮ ਜੀ ਆਪਣੇ ਪੂਰਵਜ ਜੋ ਗੁਰੂ ਨਾਨਕ ਦੇਵ ਜੀ ਸੀਗੇ ਉਹਨਾਂ ਦੇ ਨਾਮ ਉੱਤੇ ਰੱਖਿਆ ਸੀਗਾ ਜੀ, ਤਾਂ ਡੇਰਾ ਬਾਬਾ ਨਾਨਕ ਜੀ। ਉਹਦੇ ਦੋ ਗੁਰਦੁਆਰੇ ਹੈਗੇ ਨੇ, ਗੁਰਦੁਆਰਾ ਚੋਲਾ ਸਾਹਿਬ ਹੈ ਤੇ ਗੁਰਦੁਆਰਾ ਦਰਬਾਰ ਸਾਹਿਬ ਹੈ ਜੀ। ਤਾਂ ਇਹਨਾਂ ਨੂੰ ਤੁਸੀਂ ਲਿਖ ਲਓ ਜੀ। ਆਪਾਂ ਇਸ ਤੋਂ ਅੱਗੇ ਜੀ ਜੋ ਆਪਣਾ ਪਠਾਨਕੋਟ ਹੈ ਜੀ ਉਹਦੇ ਬਾਰੇ ਪੜ੍ਹਦੇ ਹਾਂ। ਜੋ ਆਪਣਾ ਬੀਮਾ ਜ਼ਿਲ੍ਹਾ ਹੈਗਾ ਪਠਾਨਕੋਟ, ਇਹਦੀ ਸਥਾਪਨਾ ਹੋਈ ਹੈ ਜੀ 27 ਜੁਲਾਈ 2011 ਨੂੰ ਜੀ। ਤੇ ਜਿਹਦਾ ਨਾਮ ਹੈ ਜੀ ਉਹ ਆਪਣੇ ਉਹਦੇ ਪਠਾਨਾਂ ਦਾ ਬਸੇਵਾ ਸੀਗਾ ਜੀ, ਪਠਾਨ ਰਹਿੰਦੇ ਸੀਗੇ ਤਾਂ ਉਹਨਾਂ ਦੇ ਨਾਮ ਤੋਂ ਹੀ ਇਹਦਾ ਨਾਮ ਪਠਾਨਕੋਟ ਰੱਖਿਆ ਗਿਆ ਜੀ। ਇੱਕ ਵਾਰੀ ਤੁਸੀਂ ਹੋਰ ਗੱਲ ਯਾਦ ਰੱਖਣੀ ਪਠਾਨਕੋਟ ਬਾਰੇ ਕਿ ਇਹ ਜੀ ਜੋ ਨੂਰਪੁਰ ਰਿਆਸਤ ਦਾ ਵੀ ਹਿੱਸਾ ਸੀ। ਇਹ ਗੱਲ ਹੈ ਪਠਾਨਕੋਟ ਬਾਰੇ, ਇੱਕ ਤਾਂ ਇਹ ਗੱਲ ਹੈ ਜੀ ਤੇ ਦੋ ਗੱਲਾਂ ਹੀ ਬਸ ਹੋਰ ਨੇ ਜੀ ਇਹਦੇ ਬਾਰੇ। ਉਰੇ ਜੀ ਜੋ ਊਰਜਾ ਪਲਾਂਟ ਲੱਗੇ ਹੋਏ ਨੇ ਜੀ, ਇੱਕ ਤਾਂ ਹੈਗਾ ਉਰੇ ਜੀ ਰਣਜੀਤ ਸਾਗਰ ਪਨ ਬਿਜਲੀ ਪ੍ਰੋਜੈਕਟ, ਤੇ ਇੱਕ ਉਰੇ ਹੈਗਾ ਆਪਣੇ ਜੀ ਅੱਪਰ ਬਾਰੀ ਦੁਆਬ ਨਹਿਰ ਪਾਵਰ ਹਾਊਸ। ਪਠਾਨਕੋਟ ਬਾਰੇ ਜੀ ਆਹੀ ਗੱਲ ਹੈ ਜੀ, ਸਥਾਪਨਾ ਹੋਈ ਹੈ ਜੀ ਪਠਾਨਕੋਟ ਦੀ 27 ਜੁਲਾਈ 2011 ਨੂੰ ਜੀ। ਇਹਦਾ ਜੋ ਨਾਮਕਰਨ ਹੈ ਜੀ ਨਾਮ ਬਣਿਆ ਹੈਗਾ ਇਹਦਾ ਜੀ ਪਠਾਨਾਂ ਦਾ ਵਸੇਵਾ ਹੋਣ ਕਰਕੇ ਜੀ, ਤਾਂ ਇਹਦਾ ਨਾਮ ਪਠਾਨਕੋਟ ਪੈ ਗਿਆ ਸੀਗਾ ਜੀ। ਤੇ ਉਸ ਤੋਂ ਜੀ ਜੋ ਨੂਰਪੁਰ ਰਿਆਸਤ ਸੀਗੀ ਜੀ ਉਹਦਾ ਵੀ ਹਿੱਸਾ ਰਿਹਾ ਜੀ ਪਠਾਨਕੋਟ। ਤੇ ਦੋਰੇ ਜੀ ਊਰਜਾ ਪਲਾਂਟ ਲੱਗੇ ਹੋਏ ਨੇ ਜੀ, ਜਦੋਂ ਜੋਗ੍ਰਾਫੀ ਆਊਗੀ ਜੀ ਉਦੋਂ ਇਹਨਾਂ ਬਾਰੇ ਤੁਹਾਨੂੰ ਡਿਟੇਲ ਪੜ੍ਹਾਵਾਂਗੇ ਜੀ। ਤਾਂ ਇੱਥੇ ਦੋ ਇਹ ਲੱਗੇ ਹੋਏ ਨੇ ਜੀ ਆਪਣੇ ਊਰਜਾ ਪਲਾਂਟ, ਇੱਕ ਦਾ ਨਾਮ ਹੈ ਰਣਜੀਤ ਸਾਗਰ ਪਨ ਬਿਜਲੀ ਪ੍ਰੋਜੈਕਟ ਤੇ ਅੱਪਰ ਵਾਰੀ ਦੁਆਬ ਨਹਿਰ ਪਾਵਰ ਹਾਊਸ ਜੀ। ਜੇ ਪਠਾਨਕੋਟ ਦੀ ਲੋਕੇਸ਼ਨ ਆਖੀਏ ਜੀ ਤਾਂ ਇਹ ਪਠਾਨਕੋਟ ਆਪਣੀ ਹਿਮਾਚਲ ਪ੍ਰਦੇਸ਼ ਨਾਲ ਵੀ ਟੱਚ ਕਰਦਾ ਜੀ, ਜੰਮੂ ਕਸ਼ਮੀਰ ਨਾਲ ਵੀ ਟੱਚ ਕਰਦਾ ਗਾ, ਤੇ ਇਹ ਆਪਣੇ ਜੀ ਪਾਕਿਸਤਾਨ ਦੇ ਨਾਲ ਵੀ ਆਪਦੀ ਅੰਤਰਰਾਸ਼ਟਰੀ ਜੋ ਸੀਮਾ ਹੈਗੀ ਜੀ ਉਹਨੂੰ ਬਣਾਉਂਦਾ ਹੈਗਾ ਜੀ। ਤਾਂ ਇਹ ਗੱਲ ਹੈ ਜੀ ਪਠਾਨਕੋਟ ਬਾਰੇ ਜੋ ਤੁਸੀਂ ਯਾਦ ਰੱਖਣਾ ਜੀ। ਤਾਂ ਅੱਜ ਲਈ ਆਪਾਂ ਨੂੰ ਇੰਨਾ ਬਹੁਤ ਹੈ ਜੀ, ਤੇ ਕੱਲ ਨੂੰ ਆਪਾਂ ਜੀ ਜੋ ਬਾਕੀ ਦੀਆਂ ਜੀ 3 ਡਿਸਟ੍ਰਿਕਟਾਂ ਰਹਿ ਗਈਆਂ ਨੇ ਜੀ ਅੰਮ੍ਰਿਤਸਰ ਹੈ ਜੀ ਕਪੂਰਥਲਾ ਗਾ ਤੇ ਤਰਨ ਤਾਰਨ ਬਚੀ ਹੈ ਜੀ, ਉਹ ਆਪਾਂ ਜੀ ਨਿਬੇੜ ਕੇ ਜੀ ਤੇ ਪਰਸੋਂ ਤਾਂ ਆਪਾਂ ਜੀ ਪੋਲਿਟਿਕਸ ਆਪਣੀ ਸ਼ੁਰੂ ਕਰ ਲਾਂਗੇ ਜੀ। ਤਾਂ ਜੇਕਰ ਵੀਡੀਓ ਵਧੀਆ ਲੱਗੀ ਹੋਈ ਤਾਂ ਵੀਡੀਓ ਲਾਈਕ ਕਰੋ ਜੀ, ਸ਼ੇਅਰ ਕਰੋ ਤੇ ਕਮੈਂਟ ਕਰੋ ਜੀ, ਤੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੀ।